ਆਮ ਆਦਮੀ ਪਾਰਟੀ 'ਚ ਹੁਣ ਤੱਕ ਤਾਂ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਦੀਆਂ ਹੀ ਗੱਲਾਂ ਹੋ ਰਹੀਆਂ ਸਨ, ਪਰ ਹੁਣ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਦੀ ਬਿਆਨਬਾਜ਼ੀ ਵੀ ਸੁਰਖੀਆਂ ਬਣ ਰਹੀ ਹੈ। ਜੀ ਹਾਂ, ਗੱਲ ਕਰ ਰਹੇ ਹਾਂ ਹਰਪਾਲ ਚੀਮਾ ਤੇ ਸੁਖਪਾਲ ਖਹਿਰਾ ਦੀ, ਜਿੱਥੇ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੇ ਗਏ ਚੋਣ ਲੜਨ ਦੇ ਸੱਦੇ ਤੇ ਖਹਿਰਾ ਦਾ ਤਿੱਖਾ ਜਵਾਬ ਸਾਹਮਣੇ ਆਇਆ। ਹੁਣ ਤੁਹਾਨੂੰ ਸੁਣਾਉਂਦੇ ਹਾਂ ਹਰਪਾਲ ਸਿੰਘ ਚੀਮਾ ਦਾ ਉਹ ਸੱਦਾ ਜਿੱਤੇ ਖਹਿਰਾ ਭੜਕੇ ਤੇ ਉਹਨਾਂ ਨੇ ਇਹ ਬਿਆਨਬਾਜ਼ੀ ਕੀਤੀ। ਦੇਖੋ, 23 ਤਰੀਕ ਨੂੰ ਬਹੁਤ ਹੀ ਸੁਖਾਵੇਂ ਮਾਹੌਲ 'ਚ ਮੀਟਿੰਗ ਹੋਈ ਸੀਗੀ ਦੋਵੇਂ ਤਰ੍ਹਾਂ ਦੀ। ਕਮਰ ਸੰਧੂ ਜੀ ਆਏ ਸੀਗੇ, ਮੈਡਮ ਸਰ ਜੀ ਧਮਾਣ ਕੇ ਗਏ ਸੀ, ਅਤੇ ਨਾਲ ਭਗਵੰਤ ਮਾਨ ਜੀ, ਕੁਲਵੰਤ ਬੰਡੋਰੀ ਜੀ, ਮੀਤ ਹੇਰ ਜੀ, ਸਰਬੀਤ ਆਪਣਾ ਰੁਪਿੰਦਰ ਰੂਬੀ ਜੀ ਗਏ ਸੀਗੇ। ਰੁਪਿੰਦਰ ਰੂਬੀ ਬਾਹਰ ਹੁਣ ਕੇ ਨਹੀਂ ਗਏ। ਮਤਲਬ ਮੇਰਾ ਕਹਿਣ ਦਾ ਭਾਵ, ਬਹੁਤ ਹੀ ਅੱਛੇ ਮਾਹੌਲ 'ਚ ਮੀਟਿੰਗ ਹੋਈ ਸੀ। ਪ੍ਰੈਸ ਨੂੰ ਬੜਾ ਬਰੀਫ ਕੀਤਾ ਸੀ, ਕਿਹਾ ਗਿਆ ਸੀਗਾ ਵੀ ਅਗਲੀ ਮੀਟਿੰਗ ਤੱਕ ਕੋਈ ਵੀ ਪ੍ਰੈਸ ਕੋਲ ਨਹੀਂ ਜਾਊਗਾ ਅਤੇ ਸਾਰੇ ਜਿਹੜੇ ਮਸਲੇ ਨੇ ਅੰਦਰ ਬੈਠ ਕੇ ਹੱਲ ਕਰ ਲਵਾਂਗੇ। ਦੇਖੋ, ਜੇਕਰ ਖਹਿਰਾ ਸਾਹਿਬ ਚਾਹੁਣਗੇ ਵੀ ਮੈਂ ਇਲੈਕਸ਼ਨ ਲੜਨੀ ਹੈ ਪਾਰਲੀਮੈਂਟ ਦੀ, ਜਿੱਥੋਂ ਵੀ ਚਾਹੁਣਗੇ ਲੜਾ ਦਿਆਂਗੇ ਉਹਨਾਂ ਨੂੰ। ਜੇਕਰ ਕੋਰ ਕਮੇਟੀ ਦੀ ਮੀਟਿੰਗ, ਜਿਹੜੀ ਸਾਡੀ ਕੋਰ ਕਮੇਟੀ ਆ ਪੰਜਾਬ ਦੀ, ਜੇ ਉਹ ਡਿਸਾਈਡ ਕਰੂਗੀ ਵੀ ਖਹਿਰਾ ਸਾਹਿਬ ਇੱਥੋਂ ਇਲੈਕਸ਼ਨ ਲੜਨਾ ਚਾਹੁੰਦੇ ਨੇ, ਤਾਂ ਅਸੀਂ ਲੜਾ ਦਿਆਂਗੇ ਉਹਨਾਂ ਨੂੰ। ਦੇਖੋ, ਜਿਹੜਾ ਵੀ ਵਿਅਕਤੀ ਆਮ ਆਦਮੀ ਪਾਰਟੀ ਦਾ, ਚਾਹੇ ਕੋਈ ਵਲੰਟੀਅਰ ਹੈ, ਚਾਹੇ ਕੋਈ ਨੇਤਾ ਗਾ, ਜੇਕਰ ਉਹ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੀ ਇਲੈਕਸ਼ਨ ਲੜਨਾ ਚਾਹੁੰਦਾ ਗਾ, ਤਾਂ ਉਹਦਾ ਜਿਹੜਾ ਪ੍ਰੋਸੀਜਰ ਅਸੀਂ ਅਡੋਪਟ ਕਰਾਂਗੇ। ਜੇਕਰ ਉਹ ਅਪਲਾਈ ਕਰਦਾ ਤਾਂ ਅਸੀਂ ਉਹਨੂੰ ਦੇਖਾਂ ਉਹਦੀ ਕੰਸਿਡਰ ਕਰ ਲਵਾਂਗੇ, ਜੇਕਰ ਬਣਦਾ ਤਾਂ ਲੜਾ ਦਿਆਂਗੇ ਜ਼ਰੂਰ। ਸੋ ਚੀਮਾ ਦੇ ਸੱਦੇ ਤੋਂ ਬਾਅਦ ਖਹਿਰਾ ਨੇ ਕਿਹਾ ਕਿ ਚੀਮਾ ਦਾ ਸੁਝਾਅ ਦੇਣ ਲਈ ਉਹ ਧੰਨਵਾਦ ਕਰਦੇ ਨੇ, ਪਰ ਨਾਲ ਹੀ ਉਹਨਾਂ ਇਹ ਵੀ ਕਹਿ ਦਿੱਤਾ ਕਿ ਚੀਮਾ ਦਾ ਬਿਆਨ ਇਹ ਸਪਸ਼ਟ ਕਰ ਰਿਹਾ ਹੈ ਕਿ ਉਹ ਦਿੱਲੀ ਹਾਈਕਮਾਨ ਦੇ ਇਸ਼ਾਰਿਆਂ ਉੱਤੇ ਚੱਲਦੇ ਹੋਏ ਅਜਿਹੀ ਬਿਆਨਬਾਜ਼ੀ ਕਰ ਰਹੇ ਨੇ। ਸੋ ਇਸ ਤੋਂ ਬਾਅਦ ਇਹ ਸਾਫ਼ ਹੋ ਜਾਂਦਾ ਹੈ ਕਿ ਸੁਖਪਾਲ ਖਹਿਰਾ ਨੂੰ ਮੁੜ ਪਾਰਟੀ ਦੇ ਵਿੱਚ ਲਿਆਉਣ ਲਈ ਇਸ ਤਰ੍ਹਾਂ ਦੇ ਕੋਈ ਵੀ ਲਾਲਚ ਕੰਮ ਨਹੀਂ ਕਰਨਗੇ। ਸੋ ਹੁਣ ਦੇਖਣਾ ਹੋਏਗਾ ਕਿ ਪਾਰਟੀ ਜੋ ਇਸ ਵੇਲੇ ਹਰ ਹਾਲ 'ਚ ਆਗੂਆਂ ਨੂੰ ਇਕੱਠੇ ਕਰਨਾ ਚਾਹੁੰਦੀ ਹੈ, ਕਿ ਉਹ ਖਹਿਰਾ ਦੀਆਂ ਸ਼ਰਤਾਂ ਮੰਨ ਕੇ ਇਸ ਕੰਮ ਨੂੰ ਨੇਪਰੇ ਚੜ੍ਹਾਏਗੀ, ਕਿਉਂਕਿ ਹਾਲਾਤ ਤਾਂ ਕੁਝ ਅਜਿਹੇ ਹੀ ਲੱਗ ਰਹੇ ਨੇ। ਤਾਂ ਹੀ ਤਾਂ ਸ਼ਾਇਦ ਜਦੋਂ ਭਗਵੰਤ ਮਾਨ ਨੇ ਇਹ ਕਹਿ ਕੇ ਹੱਥ ਖੜੇ ਕਰ ਦਿੱਤੇ ਕਿ ਖਹਿਰਾ ਧੜੇ ਦੀ ਗੱਲ ਕਿਤੇ ਹੋਰ ਬਣ ਗਈ ਹੈ, ਤਾਂ ਖਹਿਰਾ ਧੜੇ ਨੂੰ ਮਨਾਉਣ ਲਈ ਹੁਣੇ ਜ਼ਿੰਮੇਵਾਰੀ ਹਰਪਾਲ ਚੀਮਾ ਨੂੰ ਸੌਂਪ ਦਿੱਤੀ ਗਈ ਹੈ। ਸੋ ਇਸ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਖਹਿਰਾ ਧੜਾ ਆਪਣੀਆਂ ਸ਼ਰਤਾਂ ਮਨਾ ਕੇ ਪਾਰਟੀ ਦੇ ਵਿੱਚ ਆਉਂਦਾ ਹੈ, ਜਾਂ ਫਿਰ ਪਾਰਟੀ ਦੀਆਂ ਸ਼ਰਤਾਂ ਮੰਨ ਕੇ ਪਾਰਟੀ ਦੇ ਵਿੱਚ ਆਉਂਦਾ ਹੈ। ਪਾਰਟੀ 'ਚ ਆਏਗਾ ਵੀ ਕਿ ਨਹੀਂ, ਇਹ ਵੀ ਦਿਲਚਸਪ ਗੱਲ ਹੋਏਗੀ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ, ਪਰ 5:30 ਬੈਂਡ ਹੈ। 5:30 ਬੈਂਡ ਥੋੜੇ ਹੁੰਦੇ? ਚੱਲ ਚੱਲ 5:30 ਬੈਂਡ ਨਾਲ ਸਿਡਨੀ ਚੱਲ। ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਹੈ, ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ, 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ, ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ। ਚੱਲ ਬੈਠ ਜਾ ਕੇ ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ, ਪਰ 52% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪੈਣਾ? ਉਹ ਕਾਲੇ ਤਾਂ ਪੈਣਾ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 7374-75 ਸੈਕਟਰ 17D ਚੰਡੀਗੜ੍ਹ। ਕੰਟੈਕਟ 0181-5045-999।